ਇਹ ਡਿਮਾਂਡ ਹੈ ਕਿ ਸਪਲਾਈ ਵੱਧ ਗਈ ਹੈ ਤੁਸੀਂ ਹੈਰਾਨ ਹੋ ਜਾਓਗੇ ਤਸਕਰ ਕਿੱਦਾ ਕਿੱਦਾ ਦੀ ਲਾਂਦੇ ਆ ਸਕੀਮ ਦੋਸਤੋ ਇੱਕ ਵਾਰ ਫਿਰ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਨੂੰ ਸਫਲਤਾ ਹਾਸਲ ਹੋਈ ਹੈ ਤੇ ਪੁਲਿਸ ਨੇ ਇਸ ਵਾਰ ਫੜੀ ਹੈ ਡੇਢ ਕਿਲੋ ਅਫੀਮ ਦੋਸਤੋ ਡੇਢ ਕਿਲੋ ਅਫੀਮ ਦੋਸਤੋ ਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੁਹਾਨੂੰ ਇਹ ਸੂਰੀ ਤੁਸੀਂ ਸ਼ਹਿਰ ਨੂੰ ਨਜ਼ਰ ਆਣ ਦੀ ਵੀਡੀਓ ਕਿਸ ਬਾਬਤ ਹੋਣੀ ਹੈ ਦੋਸਤੋ ਐਸਐਸਪੀ ਛਿਰੀ ਭਗਵਿੰਦਰ ਸਿੰਘ ਮੀਨਾ ਉਹਨਾਂ ਦੀ ਅਗਵਾਈ ਹੇਠ ਨਵਾਂ ਸ਼ਹਿਰ ਪੁਲਿਸ ਨੂੰ ਬਹੁਤ ਸਾਰੀਆਂ ਸਫਲਤਾਵਾਂ ਮਿਲੀਆਂ ਔਰ ਇਸ ਇੱਕ ਵਾਰ ਫਿਰ ਤੋਂ ਜਿਲ੍ਹਾ ਸ਼ਿਦ ਭਗਵਿੰਦਰ ਸਿੰਘ ਨਗਰ ਦੀ ਪੁਲਿਸ ਨੇ ਅਨਸਰੋਂ ਵਿਖੇ ਡੇਢ ਕਿਲੋ ਅਫੀਮ ਫੜੀ ਹੈ ਪਿਛਲੇ ਸਮੇਂ ਵਿੱਚ ਵੀ 21 ਕਿਲੋ ਤੋਂ ਵੱਧਰੀ ਜਿਹੜੀ ਫੀਮ ਆ ਉਹ ਜਿਲ੍ਹਾ ਸ਼ਿਦ ਭਗਵਿੰਦਰ ਸਿੰਘ ਨਗਰ ਦੀ ਪੁਲਿਸ ਨੇ ਰਿਕਵਰੀ ਕੀਤੀ ਸੀ ਫੜੀ ਸੀ ਬਰਾਮ ਔਰ ਦੋਸ਼ੀਆਂ ਨੂੰ ਵੀ ਫੜ ਲਿਆ ਸੀ ਔਰ ਹੁਣ ਜਿਹੜੀ ਅਫੀਮ ਇਹ ਫੜੀ ਗਈ ਹੈ ਇਹ ਇੱਕ ਬੱਸ ਵਿੱਚੋਂ ਫੜੀ ਗਈ ਹੈ ਨਾਰਮਲੀ ਕਈ ਵਾਰ ਜਿਹੜੇ ਆਮ ਦਰਸ਼ਕ ਹੈ ਉਹ ਸਵਾਲ ਪੁੱਛ ਲੈਂਦੇ ਆ ਜਾਂ ਜਦੋਂ ਬਸ ਅੱਡੇਾਂ ਤੇ ਚੈਕਿੰਗ ਹੁੰਦੀ ਆ ਬਸ ਟਰਮੀਨਲਸ ਤੇ ਚੈਕਿੰਗ ਹੁੰਦੀ ਆ ਜਾਂ ਬੱਸਾਂ ਦੇ ਅੰਦਰ ਜਾ ਕੇ ਚੈਕਿੰਗ ਹੁੰਦੀ ਆ ਤਾਂ ਲੋਕ ਸ਼ੰਕਾ ਜਾਰ ਕਰਦੇ ਆ ਕਿ ਯਾਰ ਕਿਉਂ ਚੈਕਿੰਗ ਕਰ ਰਹੇ ਆ ਕਿਉਂ ਸਾਨੂੰ ਪਰੇਸ਼ਾਨ ਕਰ ਰਹੇ ਆ ਪਰ ਪੁਲਿਸ ਕੋ ਕਿਤੇ ਨਾ ਕਿਤੇ ਇਨਫੋਰਮੇਸ਼ਨ ਹੁੰਦੀ ਆ ਇਹੀ ਹੋਇਆ ਜੀ ਅਨਸਰ ਉਹ ਨਾਕਾ ਲੱਗਿਆ ਸੀ ਐਸਆਈ ਪੂਰਨ ਸਿੰਘ ਉੱਥੇ ਆਪਣੀ ਟੀਮ ਨਾਲ ਮੌਜੂਦ ਸੀ ਨਾਕੇ ਤੇ ਔਰ ਇੱਕ ਬੱਸ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਜਦੋਂ ਬੱਸ ਨੂੰ ਰੋਕ ਕੇ ਉਹਦੇ ਅੰਦਰ ਚੈਕਿੰਗ ਕੀਤੀ ਗਈ ਇੱਕ ਵਿਅਕਤੀ ਭੱਜਣ ਦੀ ਕੋਸ਼ਿਸ਼ ਕਰਦਾ ਪੁਲਿਸ ਉਸ ਨੂੰ ਫੜ ਲੈਂਦੀ ਹੈ ਔਰ ਉਸ ਦੇ ਕੋਲੋਂ ਡੇਢ ਕਿਲੋ ਅਫੀਮ ਬਰਾਮਦ ਹੁੰਦੀ ਹੈ ਦੱਸਿਆ ਇਸ ਵਿਅਕਤੀ ਨੂੰ ਮੌਕੇ ਤੇ ਪੁਲਿਸ ਨੇ ਫੜ ਲਿਆ ਔਰ ਇਸ ਦਾ ਨਾਮ ਲਾਲਦਾਸ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਇਸ ਦੇ ਉੱਤੇ ਹੁਣ ਐਨਡੀਪੀਐਸ ਐਕਟ ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਇਹ ਬਹੁਤ ਥੋੜੇ ਸਮੇਂ ਵਿੱਚ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਨੇ ਖੋਰ ਬਾਤ ਵੱਡੀ ਕਾਮਯਾਬੀ ਮਿਲੀ ਹੈ ਪੁਲਿਸ ਪੱਪਾ ਭਾਰ ਹੈ ਇਹੋ ਜੇ ਜਿਹੜੇ ਦੋਸ਼ੀ ਆ ਤਸਕਰ ਆ ਉਹਨਾਂ ਨੂੰ ਨਕੇਲ ਪਾਉਣ ਨੂੰ ਪਰ ਨਾਲ ਦੀ ਨਾਲ ਇੱਕ ਅਪੀਲ ਹੋਰ ਵੀ ਜ਼ਰੂਰ ਅਸੀਂ ਕਰਨੀ ਚਾਹਾਂਗੇ ਜੋ ਲੋਕ ਕਮੈਂਟਾਂ ਰਾਹੀਂ ਕਰਦੇ ਆ ਕਿ ਜਿਹੜੇ ਨਸ਼ਾ ਵੇਚਦੇ ਆ ਚਿੱਟਾ ਵੇਚਦੇ ਆ ਉਹਨਾਂ ਤੇ ਵੀ ਨਕੇਲ ਪਾਣੀ ਚਾਹੀਦੀ ਆ ਹਾਲਾਂਕਿ ਪੁਲਿਸ ਬਹੁਤ ਅੱਛਾ ਉਪਰਾਲਾ ਕਰ ਰਹੀ ਹੈ ਨੇਕ ਕੰਮ ਕਰ ਰਹੀ ਹੈ ਪਰ ਜੇ ਚਿੱਟੇ ਵਾਲਿਆਂ ਨੂੰ ਵੀ ਨਕੇਲ ਪੈ ਜਾਵੇ ਤਾਂ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈ ਸਾਡਾ ਪੰਜਾਬ ਜਿਹੜਾ ਸਾਡੀ ਜਿਹੜੀ ਨੌਜਵਾਨੀ ਹੈ ਉਹਦਾ ਬਹੁਤ ਬਚਾਅ ਹੋ ਜਾਣਾ ਫਿਰ ਵੀ ਅਸੀਂ ਧੰਨਵਾਦ ਕਰਦੇ ਆ ਜਿਲ੍ਹਾ ਸ਼ਿਦ ਪਗਤ ਸਿੰਘ ਨਗਰ ਦੀ ਪੁਲਿਸ ਦਾ ਜਿਹੜੀ ਨੇਕ ਉਪਰਾਲੇ ਕਰ ਰਹੀ ਹੈ ਤਾਂ ਇੱਕ ਵਾਰੀ ਤੁਹਾਨੂੰ ਪੂਰੀ ਡਿਟੇਲ ਸੁਣਾਣੇ ਐ ਐਸਐਚਓ ਪਰਮਿੰਦਰ ਸਿੰਘ ਜੀ ਉਹਨਾਂ ਤੋਂ ਜਦੋਂ ਮੀਡੀਆ ਦੇ ਮੁਖਾਤਬ ਹੋਏ ਅ ਸਾਡੇ ਮਾਨਯੋਗ ਐਸਐਸਪੀ ਜਿਨ੍ਹਾਂ ਨਵਾਂ ਸ਼ਹਿਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਸਾਡੇ ਡੀਐਸਪੀ ਸਰਦਾਰ ਦਵਿੰਦਰ ਸਿੰਘ ਜੀ ਉਹਨਾਂ ਦੀ ਅਗਵਾਈ ਹੇਠ ਸਾਡਾ ਜਿਹੜਾ ਕਾਠਗੜ੍ਹ ਦਾ ਏਰੀਆ ਜਿਹੜੀ ਇਹਦੇ ਵਿੱਚ ਜਗਾ ਜਗਾ ਤੇ ਜਿਹੜੀ ਐਨਡੀਪੀਏ ਸੈਕਟ ਦੀ ਰਿਕਵਰੀ ਸੰਬੰਧੀ ਜਿਹੜੀ ਨਾਕਾਬੰਦੀ ਕੀਤੀ ਜਾਂਦੀ ਹੈ ਇਸੇ ਦੇ ਸੰਬੰਧ ਦੇ ਵਿੱਚ ਕੱਲ ਹਾਈ ਟੈਕ ਨਾਕਾ ਆਸਰੋਂ ਉੱਥੇ ਸਬ ਇੰਸਪੈਕਟਰ ਪੂਰਨ ਨੇ ਆਪਣੀ ਟੀਮ ਦੇ ਨਾਲ ਜਿਹੜਾ ਨਕਾ ਲਾਇਆ ਹੋਇਆ ਸੀ ਉਪਰਪੜ ਸਾਈਡ ਤੋਂ ਜਿਹੜੀ ਇੱਕ ਬੱਸ ਆਈ ਤਾਂ ਉਹਦੇ ਵਿੱਚੋਂ ਇੱਕ ਜਿਹੜਾ ਕਿ ਬੰਦਾ ਭੱਜਣ ਦੀ ਕੋਸ਼ਿਸ਼ ਕਰਨ ਦੌਰਾਨ ਰਿਕਵਰ ਕੀਤਾ ਰੋਕਿਆ ਨੂੰ ਚੈੱਕ ਕੀਤਾ ਉਹਦੇ ਪਾਸੋਂ ਜਿਹੜੀ ਹੈਗੀ ਹੈ 1.5 ਕਿਲੋ ਜਿਹੜੀ ਆਫੀਮ ਸਾਨੂੰ ਜਿਹੜੀ ਬ੍ਰਭੰਦ ਹੋਈ ਹੈ ਜੀ ਤੇ ਇਹ ਜਿਹੜਾ ਬੰਦਾ ਹੈ ਜਿਹਦਾ ਨਾਮ ਲਾਲਦਾਸ ਰਾਏ ਹੈਗਾ ਜੀ ਇਹ ਬੇਸਿਕਲੀ ਤਾਂ ਬਿਹਾਰ ਤੋਂ ਬਿਲੋਂਗ ਕਰਦਾ ਪਰ ਹਿਸ਼ਾਰਪੁਰ ਵਿੱਚ ਅੱਜ ਕੱਲੇ ਰਹਿ ਰਿਹਾ ਹੈ ਸਬਜ਼ੀ ਦੀ ਉਥੋਂ ਜਿਹੜੀ ਲਾਂਦਾ ਹੈ ਜੀ ਉਸ ਰਿਮਾਂਡ ਅਜ 3 ਦਿਨ ਦਾ ਲਵਾਂਗੇ ਜੀ ਤੇ ਆਫੀਮ ਕਿੱਥੋਂ ਲੈ ਕੇ ਆਇਆ ਤੇ ਇਹਨੇ ਅੱਗੇ ਕਿਹਨੂੰ ਦੇਣੀ ਸੀ ਉਹ ਸਾਰੀ ਪ੍ਰੋਪਰ ਪੁੱਛ ਪੜਤਾਲ ਕਰਕੇ ਉਹ ਬੰਦੇ ਨੂੰ ਨਾਮਿਨੇਟ ਕੀਤਾ ਜਾਵੇਗਾ ਜੀ